ਸਤਿਕਾਰਯੋਗ ਸ਼ਖਸੀਅਤਾਂ ਜਿਨ੍ਹਾਂ ਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ, ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਉਹ ਅਕਾਲ ਚਲਾਣਾ ਕਰ ਗਏ। ਉਹਨਾਂ ਦੀਆਂ ਸੋਗ ਮਤੇ ਦੇ ਵਿੱਚ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਅਜਾਇਬ ਘਰ ਦੇ ਵਿੱਚ ਉਹਨਾਂ ਦੀ ਤਸਵੀਰ ਵੀ ਜਿਹੜੀ ਆ ਸੁਸ਼ੋਭਿਤ ਕੀਤੀ ਜਾਊਗੀ। ਦੂਜੀ, ਜਿਹੜਾ ਸਿੱਖ ਅਜਾਇਬ ਘਰ ਦੇ ਵਿੱਚ ਸਾਡੇ ਸਿੱਖ ਹਿਸਟੋਰੀਅਨ ਸਰਦਾਰ ਸਵਰਨ ਸਿੰਘ ਜੀ ਚੂਸਲੇਵੜ, ਉਹ ਵੀ ਪਿਛਲੇ ਦਿਨਾਂ ਦੌਰਾਨ ਸਾਨੂੰ ਵਿਛੋੜਾ ਦੇ ਗਿਆ ਸੀ। ਉਹਨਾਂ ਦੀ ਵੀ ਪਵਿੱਤਰ ਯਾਦ ਦੇ ਵਿੱਚ ਮੂਲ ਮੰਤਰ ਦੇ ਜਾਪ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਉਹਨਾਂ ਦੀ ਵੀ ਤਸਵੀਰ ਜਿਹੜੀ ਆ ਕੇਂਦਰੀ ਅਜਾਇਬ ਘਰ ਦੇ ਵਿੱਚ ਲਾਉਣ ਦਾ ਜਿਹੜਾ ਉਹ ਅੱਜ ਫੈਸਲਾ ਕੀਤਾ ਗਿਆ। ਉਹ ਤੋਂ ਇਲਾਵਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸਾਡੀ ਲਾਇਬ੍ਰੇਰੀ ਆ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਲਾਇਬ੍ਰੇਰੀ, ਜਿਹਦੀ ਸਥਾਪਨਾ ਨੂੰ 100 ਸਾਲ ਹੋ ਗਿਆ। ਉਹਦੇ ਵਿੱਚ ਅਸੀਂ ਪੰਜਾਬੀ ਵਾਲੀਆਂ ਪੁਸਤਕਾਂ ਜਿਹੜੀਆਂ ਸੀਗੀਆਂ ਉਹਨਾਂ ਦਾ ਇੱਕ ਇੰਡੈਕਸ ਨਵੇਂ ਸਿਰੋਂ ਜਾਰੀ ਕੀਤਾ, ਜਿਹਦੀ ਕੱਲ੍ਹ ਇੱਥੋਂ ਆਪਣੀ ਸ਼ੁਰੂਆਤ ਕੀਤੀ ਗਈ ਸੀ, ਕੱਲ੍ਹ ਉਹ ਰਿਲੀਜ਼ ਕੀਤਾ ਗਿਆ ਸੀ। ਉਹ ਤੋਂ ਇਲਾਵਾ ਸਾਡੇ ਕੋਲ 13,000 ਕਿਤਾਬਾਂ ਪਈਆਂ ਜਿਹਦੇ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਬੰਗਾਲੀ ਅਤੇ ਫਾਰਸੀ, ਅਤੇ ਉਹ ਤੋਂ ਇਲਾਵਾ ਕੁਛ ਸਾਡੇ ਅਖਬਾਰਾਂ ਅਤੇ ਰਸਾਲੇ ਵੀ ਆ। ਇਹ ਸਾਰੇ ਅਸੀਂ ਡਿਜੀਟਾਈਜੇਸ਼ਨ ਕਰਨ ਦਾ ਅੱਜ ਫੈਸਲਾ ਕੀਤਾ ਤਾਂ ਕਿ ਇਹਨਾਂ ਦਾ ਜਿਹੜਾ ਸਮੁੱਚੇ ਤੌਰ 'ਤੇ ਖਜ਼ਾਨਾ ਹੈ ਉਹ ਸੁਰੱਖਿਅਤ ਰੱਖਿਆ ਜਾ ਸਕੇ। ਸੋ ਇਹ ਤੋਂ ਇਲਾਵਾ ਇੱਕ ਜਿਹੜਾ ਅਹਿਮ ਅੱਜ ਮੁੱਦਾ ਸਾਡਾ ਡਿਸਕਸ ਹੋਇਆ ਉਹ ਹੈਗਾ ਕਿ ਚੌਗਿਰਦੇ ਦੀ ਸੇਵਾ ਸੰਭਾਲ ਅਤੇ ਜਿਹੜਾ ਇੱਕ ਵਿਰਾਸਤੀ ਸਾਡਾ ਰਸਤਾ ਜਿਹੜਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਆਉਂਦਾ ਉਹਦੇ ਵਿੱਚ ਇੰਨਾ ਕੰਮ ਢਿੱਲਾ ਆ ਵੀ ਕੋਈ ਸਫਾਈ ਨਹੀਂ। ਆਹ ਪਿੱਛੇ ਗਰੇਵਾਲ ਸਾਹਿਬ ਹੁਣੇ ਯਤਨ ਕਰਕੇ ਇੱਕ ਕਨੇਡਾ ਵਾਲਿਆਂ ਤੋਂ ਉੱਥੇ ਉਹ CD ਵੱਡੀ ਜਿਹੜੀ LCD ਉਹ ਲਵਾਈ ਆ, ਉਹਦੇ ਵਿੱਚ ਜਿਹੜੀ ਮਰਿਆਦਾ ਬਹਾਲ ਕੀਤੀ ਵੀ ਉੱਥੇ ਸ਼ਬਦ ਕੀਰਤਨ ਜਿਹੜਾ ਉਹ ਜਾਰੀ ਰਹੇ। ਸੋ ਇਹਦੇ ਲਈ ਅਸੀਂ ਹੁਣ ਫੈਸਲਾ ਕੀਤਾ ਵੀ ਇਹਦੇ ਆਲੇ ਦੁਆਲੇ ਕੁਛ ਦਰੱਖਤ ਵੀ ਲਾਏ ਜਾਣ ਤਾਂ ਕਿ ਵਾਤਾਵਰਨ ਦੀ ਵੀ ਜਿਹੜੀ ਆ ਸੇਵਾ ਸੰਭਾਲ ਹੋ ਸਕੇ ਅਤੇ ਨਾਲ ਦੀ ਨਾਲ ਇਹਦਾ ਜਿਹੜਾ ਸੁੰਦਰੀਕਰਨ ਵੀ ਹੋ ਸਕੇ। ਉਹਦੇ ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਅਤੇ ਬਾਬਾ ਕਸ਼ਮੀਰਾ ਸਿੰਘ ਜੀ ਭੂਰੀ ਵਾਲੇ, ਉਹਨਾਂ ਦੇ ਕੋਲੋਂ ਇਹ ਜਿਹੜੀਆਂ ਸੇਵਾਵਾਂ ਜਿਹੜੀਆਂ ਉਹ ਲਈਆਂ ਜਾਣਗੀਆਂ। ਉਹ ਤੋਂ ਇਲਾਵਾ ਇੱਕ ਜਿਹੜਾ ਅਹਿਮ ਅੱਜ ਸਾਡੇ ਮੁੱਦਾ ਸੀ ਉਹ ਮੁੱਦਾ ਸੀ ਕਿ 14 ਅਗਸਤ 2023 ਨੂੰ ਹਰਿਆਣੇ ਦੀ ਜਿਹੜੀ ਅਡਹੋਕ ਕਮੇਟੀ ਆ ਉਸ ਅਡਹੋਕ ਕਮੇਟੀ ਦੀ ਐਗਜੈਕਟਿਵ ਦੀ ਮੀਟਿੰਗ ਸੀ ਜਿਹਦੇ ਵਿੱਚ ਗੁਰਮਤ ਦੀ ਲੰਘਣਾ ਕਰਕੇ ਗਾਲੀ ਗਲੋਚ ਅਤੇ ਹੋਰ ਬਹੁਤ ਕੁਛ ਉੱਥੇ ਹਿੰਸਾ ਤੌਰ ਦੇ ਉੱਤੇ ਕੀਤਾ ਗਿਆ। ਉਹਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇਹ ਮਤਾ ਪਾਸ ਕੀਤਾ ਕਿ ਐਵੇਂ ਦੀਆਂ ਗੁਰੂ ਘਰ ਦੀਆਂ ਪਰੰਪਰਾਵਾਂ ਨਹੀਂ, ਗੁਰੂ ਘਰ ਦੀ ਮਰਿਆਦਾ ਨਹੀਂ, ਇਹ ਠੀਕ ਆ ਵੀ ਉਹਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪਹਿਲਾਂ ਆ ਚੁੱਕੀ ਆ ਅਤੇ ਉਹਨਾਂ ਵਿੱਚੋਂ ਪ੍ਰਧਾਨ ਅਤੇ ਜਨਰਲ ਸਕੱਤਰ ਜਿਹੜੇ ਅਸਤੀਫਾ ਵੀ ਦੇ ਚੁੱਕੇ ਆ, ਪਰ ਅਸੀਂ ਸਮਝਦੇ ਹਾਂ ਵੀ ਇਹੋ ਜਿਹੀਆਂ ਕਾਰਵਾਈਆਂ ਦੇ ਨਾਲ ਜਿਹੜਾ ਸਿੱਖਾਂ ਦਾ ਆਖਸ਼ਾ ਉਹਦਾ ਜਿਹੜਾ ਸੁਨੇਹਾ ਮਾੜਾ ਜਾਂਦਾ ਅਤੇ ਇਸ ਕਰਕੇ ਉਹਦੀ ਵੀ ਅਸੀਂ ਅੱਜ ਇਹ ਨਿੰਦਾ ਕੀਤੀ ਆ ਕਿ ਇਹੋ ਜਿਹੀਆਂ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ, ਗੁਰੂ ਘਰ ਦੀਆਂ ਪਰੰਪਰਾਵਾਂ ਜਿਹੜੀਆਂ ਉਹ ਬਹਾਲ ਰੱਖਣੀਆਂ ਚਾਹੀਦੀਆਂ। ਇੱਕ ਜਿਹੜਾ ਹਰਿਆਣੇ ਦੀ ਕਮੇਟੀ ਦੀ ਜਿਹੜੀ ਇਹਨੇ ਚੋਣ ਡਿਕਲੇਅਰ ਚੋਣ ਨਹੀਂ ਕੀਤੀ, ਹਾਲੇ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਉਹਦੇ ਜਿਹੜੇ ਪਰਫੋਰਮੇ ਆ ਉਹ ਸਾਰੇ ਹਿੰਦੀ ਦੇ ਵਿੱਚ ਆ। ਸਾਡੇ ਨੋਟਸ 'ਚ ਆਈ ਸੀ ਵੀ ਉਹ ਜਿਹੜੇ ਪਟਵਾਰੀ ਲੱਗੇ ਉੱਥੇ ਜਾਂ ਕੋਈ ਹੋਰ ਅਧਿਕਾਰੀ ਲੱਗੇ ਆ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਪੰਜਾਬੀ ਹਰਿਆਣੇ ਦੇ ਵਿੱਚ ਸੈਕਿੰਡ ਲੈਂਗੁਏਜ ਆ,
ਤੇ ਮੈਂ ਹਰਿਆਣੇ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਜੇ ਤੁਸੀਂ ਪੰਜਾਬੀ ਸੈਕਿੰਡ ਲੈਂਗੁਏਜ ਉਹ ਵੀ ਇਲੀਮੀਨੇਟ ਕਰ ਦਿੱਤੀ ਤੇ ਫਿਰ ਇਹ ਕਾਗਜ਼ੀ ਪੱਤਰੀ ਕਾਰਵਾਈ ਆਪੇ ਆਪਾਂ ਦੂਜੀ ਭਾਸ਼ਾ ਉੱਥੇ ਜਿਹੜੇ ਪੰਜਾਬੀ ਰੱਖੀ ਆ ਤੇ ਜਿਹੜੇ ਪਰਫੋਰਮੇ ਆ ਜਿਹੜੇ ਭਰ ਕੇ ਲੋਕਾਂ ਨੇ ਦੇਣੇ ਉਹਨਾਂ ਨੂੰ ਹਿੰਦੀ ਨਹੀਂ ਆਉਂਦੀ ਵਿਚਾਰਿਆਂ ਨੂੰ ਇਹਨਾਂ ਨੂੰ ਪੰਜਾਬੀ ਵਿੱਚ ਕੀਤਾ ਜਾਵੇ ਕਿਉਂਕਿ ਗੁਰਦੁਆਰਾ ਪ੍ਰਬੰਧ ਦਾ ਮਸਲਾ ਆ ਇਹ ਸਾਰਾ ਅਤੇ ਇਹਦੀ ਜਿਹੜੀ ਸਾਰੀ ਕਾਰਵਾਈ ਆ ਉਹ ਪੰਜਾਬੀ ਦੇ ਵਿੱਚ ਵੀ ਚਾਹੇ ਹਿੰਦੀ ਦੇ ਵਿੱਚ ਵੀ ਆ ਪਰ ਪੰਜਾਬੀ ਦੇ ਵਿੱਚ ਵੀ ਆ ਜਿਹੜੀ ਉਹ ਲਾਈ ਜਾਵੇ। ਉਹ ਤੋਂ ਇਲਾਵਾ ਇੱਕ ਲੰਮੇ ਸਮੇਂ ਤੋਂ ਕਿਉਂਕਿ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਡਾਇਰੈਕਸ਼ਨ ਆਈ ਸੀ ਕਿ ਸਤਿਗੁਰੂ ਜੀ ਦੇ ਜਿਹੜੇ ਸਰੂਪ ਆ ਉਹ ਵਿਦੇਸ਼ਾਂ 'ਚ ਨਾ ਭੇਜੇ ਜਾਣ। ਉਹਦੇ ਨਾਲ ਕਈ ਬਾਹਰਲਿਆਂ ਦੇਸ਼ਾਂ 'ਚੋਂ ਖਾਸ ਕਰਕੇ ਚੀਨ ਦੇ ਵਿੱਚੋਂ ਉਹ ਸਰੂਪ ਛਪ ਛਪ ਕੇ ਆਉਣ ਲੱਗ ਪਏ ਜਿਹੜੀਆਂ ਸਾਨੂੰ ਸ਼ਿਕਾਇਤਾਂ ਪਹੁੰਚੀਆਂ ਪਰ ਉਹ ਵੀ ਬੰਦ ਹੋ ਗਿਆ। ਹੁਣ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਇੱਕ ਸਬ ਕਮੇਟੀ ਕਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਵੇ ਅਤੇ ਉਹ ਸਬ ਕਮੇਟੀ ਇਸ ਗੱਲ ਦਾ ਨਿਰਣਾ ਕਰੇ ਕਿ ਮਹਾਰਾਜ ਦੇ ਸਰੂਪ ਕਿਵੇਂ ਭੇਜਣੇ ਆ। ਪਹਿਲਾਂ ਵੀ ਇੱਕ ਸਬ ਕਮੇਟੀ ਬਣੀ ਸੀ ਫਿਰ ਸਾਨੂੰ ਪਿੱਛੇ ਆਸਟ੍ਰੇਲੀਆ ਵਾਲਿਆਂ ਨੇ ਇੱਕ ਜਹਾਜ਼ ਵੀ ਹਾਇਰ ਕਰ ਲਿਆ ਵੀ ਅਸੀਂ 250 ਸਰੂਪ ਸਤਿਗੁਰੂ ਜੀ ਦਾ ਬਾਈ ਏਅਰ ਲੈ ਜਾਵਾਂਗੇ ਪਰ ਉੱਥੇ ਫਿਰ ਇਹ ਆਸਟ੍ਰੇਲੀਅਨ ਸਰਕਾਰ ਨੇ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਉਸ ਕਰਕੇ ਉਹ ਵੀ ਜਿਹੜਾ ਸੀਗਾ ਸਾਡਾ ਕਾਰਜ ਪਿੱਛੇ ਰਹਿ ਗਿਆ। ਉਹ ਸਤਿਗੁਰੂ ਜੀ ਦੇ ਸਰੂਪ ਵਾਪਸ ਸਾਨੂੰ ਇੱਥੇ ਫਿਰ ਸ਼ੋਭਿਤ ਕਰਨੇ ਪਏ ਲਿਆ ਕੇ। ਹੁਣ ਇਹ ਫੈਸਲਾ ਹੋਇਆ ਕਿਉਂਕਿ ਬਹੁਤ ਸਾਰੀਆਂ ਮੰਗਾਂ ਵੱਖ ਵੱਖ ਸਥਾਨਾਂ ਤੋਂ ਆ ਰਹੀਆਂ ਉਹਦੇ ਤਹਿਤ ਇੱਕ ਮਰਿਆਦਾ ਦੇ ਤਹਿਤ ਉਹ ਮਰਿਆਦਾ ਕੀ ਆ ਵੀ ਇੱਕ ਬੱਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉੱਥੋਂ ਦੀ ਜਿਹੜੀ ਸੰਗਤ ਆ ਜਿਹੜੇ ਸਰੂਪਾਂ ਦੀ ਕਿਉਂਕਿ ਉਹਨਾਂ ਵੱਲੋਂ ਵੀ ਇਹ ਮੰਗ ਆਈ ਆ ਜਿਹਦੀ ਪੂਰੀ ਗੁਰਮਤ ਅਨੁਕੂਲ ਨਾਲ ਪੰਜ ਪਿਆਰੇ ਜਾਣ ਦੀ ਤਜਵੀਜ਼ ਦਿੱਤੀ ਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਬਣਾ ਕੇ ਭੇਜੀ ਗਈ ਆ ਕਿਉਂਕਿ ਲੰਬੇ ਅਰਸੇ ਦੀਆਂ ਮੰਗਾਂ ਬਹੁਤ ਆਉਂਦੀਆਂ ਸੀ ਕਿ ਉਹਦੇ ਵਿੱਚ ਜਿਹੜੀ ਬੱਸ ਆ ਉਹਦੇ ਵਿੱਚ ਵੀ ਸਤਿਗੁਰਾਂ ਦੇ ਸਰੂਪ ਦੀ ਜੋ ਮਰਿਆਦਾ ਕਮਰ ਕੱਸਾ ਲਾ ਕੇ ਢੰਗ ਦੇ ਨਾਲ ਉਹ ਸਬ ਕਮੇਟੀ ਨੇ ਅੱਜ ਰਿਪੋਰਟ ਦਿੱਤੀ ਸੀ ਵੀ ਤਾਂ ਕਿ ਲੰਬੇ ਅਰਸੇ ਤੋਂ ਜਿਹੜੀ ਉਹ ਮੰਗ ਆ ਉਹਦਾ ਜਿਹੜਾ ਆ ਉਹਨੂੰ ਆਪਾਂ ਸਾਰਿਆਂ ਲੋਕਾਂ ਨੂੰ ਸਤਿਗੁਰੂ ਜੀ ਦੇ ਸਰੂਪ ਦੀ ਮੰਗ ਦੀ ਜਿਹੜੀ ਉਹ ਪੂਰਤੀ ਕੀਤੀ ਜਾ ਸਕੇ। ਪਰ ਇਹਦੇ ਨਾਲ ਹੀ ਮੈਂ ਤੁਹਾਡੇ ਇੱਕ ਧਿਆਨ 'ਚ ਇਹ ਵੀ ਲਿਆਉਣਾ ਚਾਹੁੰਦਾ ਕਿ ਸਾਡੇ ਬਹੁਤ ਲੰਬਾ ਅਰਸਾ ਹੋ ਗਿਆ ਸਰਦਾਰ ਦਿਦਾਰ ਸਿੰਘ ਬੈਂਸ ਉਹਨਾਂ ਨੇ ਸਾਨੂੰ 14.5 ਏਕੜ ਪੈਲੀ ਜੂਬਾ ਸਿਟੀ 'ਚ ਦਿੱਤੀ ਸੀ। ਹੁਣ ਅਸੀਂ ਐਤਕੀ ਕਿਹਾ ਸੀ ਵੀ ਉਹਨਾਂ ਕੋਲ ਜਾਵਾਂਗੇ ਅਤੇ ਜਾ ਕੇ ਉਹਦੀ ਜਿਹੜੀ ਆ ਉੱਥੇ ਬਿਲਡਿੰਗ ਦੀ ਸ਼ੁਰੂਆਤ ਕਰਾਂਗੇ ਜਿਹੜਾ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਖ ਮਿਸ਼ਨ ਹੋਊਗਾ ਉੱਥੇ ਜੂਬਾ ਸਿਟੀ ਦੇ ਵਿੱਚ। ਉਹ ਅਸੀਂ ਹੁਣ ਐਤਕੀ ਜਾਵਾਂਗੇ ਉਹਨਾਂ ਦੇ ਅੱਜ ਵੀ ਸਵੇਰੇ ਟੈਲੀਫੋਨ ਆਏ ਸੀ ਪਰ ਉਹ ਤੋਂ ਪਹਿਲਾਂ ਹੁਣ ਸਾਡੀ ਇੱਕ ਸੁਸਾਇਟੀ ਆ ਦੀਵਾਨ ਟੋਡਰਮੱਲ ਵਿਰਾਸਤੀ ਫਾਊਂਡੇਸ਼ਨ ਟਰੱਸਟ ਜਿਨ੍ਹਾਂ ਨੇ ਸ਼ਹੀਦਾਂ ਦੇ ਮਹਾਨ ਅਸਥਾਨ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਜੋਤ ਸਰੂਪ ਜੋਤੀ ਸਰੂਪ ਵਿਖੇ ਅਤੇ ਤਰਨ ਤਾਰਨ ਸ਼੍ਰੀ ਦਰਬਾਰ ਸਾਹਿਬ ਵਿਖੇ ਉਹਨੀ ਸਾਰੀ ਸੋਲਰ ਦੀ ਜਿਹੜੀ ਆ ਇੱਥੇ 200 ਕਿਲੋਵਾਟ 150 ਕਿਲੋਵਾਟ ਤਰਨ ਤਾਰਨ 200 ਕਿਲੋਵਾਟ ਉੱਥੇ ਮਹਾਨ ਸ਼ਹੀਦਾਂ ਦੇ ਸਥਾਨ 'ਤੇ ਅਤੇ 150 ਕਿਲੋਵਾਟ 100 ਕਿਲੋਵਾਟ ਜਿਹੜਾ ਆ ਉਹ ਜੋਤੀ ਸਰੂਪ ਗੁਰਦੁਆਰੇ ਤੈਨਾਤ ਉਹਨੀ ਚਾਲੂ ਕਰ ਦਿੱਤੇ ਆ ਅਤੇ ਉਹਦੇ ਵਿੱਚ ਫਿਰ ਉੱਦਣ ਆ ਸਾਨੂੰ ਅੱਜ ਇੱਕ ਮੰਗ ਉਹਨਾਂ ਨੂੰ ਪਹੁੰਚੀ ਆ ਜਿਹਦੇ ਵਿੱਚ ਸਰਦਾਰ ਕਰਨੈਲ ਸਿੰਘ ਸੰਧੂ ਸਰਦਾਰ ਸਤਨਾਮ ਸਿੰਘ ਸੰਧੂ ਜਿਹੜੇ ਦੀਦਾਰ ਸਿੰਘ ਬੈਂਸ ਉਹਨਾਂ ਨੂੰ ਪੀਚ ਕਿੰਗ ਕਹਿੰਦੇ ਸੀ ਅਤੇ ਇਹ ਬਦਾਮ ਕਿੰਗ ਆ ਉੱਥੇ ਦੇ 70,000 ਏਕੜ ਇਹਨਾਂ ਕੋਲ ਪੈਲੀ ਆ ਉਹਨਾਂ ਨੇ ਕਿਹਾ ਵੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਆਓ ਅਸੀਂ ਤੁਹਾਨੂੰ ਜ਼ਮੀਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਵਾਂਗੇ ਉਹ ਤੋਂ ਇਲਾਵਾ ਉੱਥੇ ਗੁਰਦੁਆਰਾ ਵੀ ਬਣਾਵਾਂਗੇ
ਫਿਰ ਉਹ ਤੋਂ ਇਲਾਵਾ ਮਿਸ਼ਨ ਦੇ ਕਮਰੇ ਵੀ ਬਣਾਵਾਂਗੇ ਅਤੇ ਉਹ ਤੋਂ ਇਲਾਵਾ ਇੱਕ ਰਹਿਣ ਦੇ ਕੋਠੀ ਵੀ, ਜਿਹਦੀ ਸਾਰੀ ਦੀ ਸਾਰੀ ਮਾਲਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਊਗੀ। ਅਤੇ ਸਾਨੂੰ ਉੱਥੇ ਸਾਲ ਬਾਅਦ ਜਾਂ 2 ਸਾਲ ਬਾਅਦ ਇੱਕ ਯਤਨ ਕਰਿਓ ਵੀ ਉਹ ਉੱਥੇ ਸਤਿਗੁਰਾਂ ਦੇ ਸਰੂਪ ਜਿਹੜੇ ਪ੍ਰੈਸ ਲਾ ਲਈ ਜਾਵੇ, ਇੱਥੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਾਣ, 2 ਸਾਲ ਬਾਅਦ ਜਾਣ ਜਾਂ 3 ਸਾਲ ਬਾਅਦ ਜਾਂ ਸਾਲ ਬਾਅਦ ਜਾਣ, ਅਤੇ ਉੱਥੇ ਆਪਾਂ ਉਸੇ ਮਿਸ਼ਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰੂਪ ਜਿਹੜਾ ਛਾਪਣ ਦਾ ਉਹ ਵੀ ਕਾਰਜ ਕਰੀਏ। ਇਹ ਜਿਹੜੀ ਸੰਸਥਾ ਆ ਇਹਦੇ ਫਾਊਂਡਰ ਜਿਹੜੇ ਹੈਗੇ ਉਹ ਸਰਦਾਰ ਗਿਆਨ ਸਿੰਘ ਸੰਧੂ, ਜਿਹੜੇ ਮਹਾਨ ਲੇਖਕ ਵੀ ਆ, ਅਤੇ ਉੱਦਾਂ ਵੀ ਸਤਿਗੁਰ ਦੀ ਕਿਰਪਾ ਆ ਸਾਡੇ ਨਾਲ ਪਿੱਛੇ ਡਿਜੀਟਾਈਜੇਸ਼ਨ ਦਾ, ਜਿਹੜਾ ਗੋਇੰਦਵਾਲ ਸਾਹਿਬ ਵਿਖੇ ਸਾਡਾ ਜਿੰਨਾ ਸੰਸਕਾਰ ਲਈ ਪੁਰਾਣੇ ਗ੍ਰੰਥ ਜਾਂ ਪੁਰਾਣੀਆਂ ਪੁਸਤਕਾਂ ਆਉਂਦੀਆਂ ਉਹ ਸਾਰਾ ਉਹਨਾਂ ਨੇ ਕੀਤਾ। ਅਤੇ ਇਹਦੇ ਸਰਪ੍ਰਸਤ ਆ ਸਰਦਾਰ ਕਰਨੈਲ ਸਿੰਘ ਸੰਧੂ, ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ। ਅਤੇ ਇਹ ਸਾਰਾ ਅਸੀਂ ਉਹਨਾਂ ਨੇ ਇਸ ਗੱਲ ਦੀ ਵੀ ਕੀਤੀ ਆ ਕਿ ਸਾਰੇ ਦਾ ਸਾਰਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਊਗਾ। ਇਹ ਕੇਵਲ ਦਾ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਨੂੰ ਸਮਰਪਿਤ ਹੋਊਗਾ। ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਸਰਦਾਰ ਕਰਨੈਲ ਸਿੰਘ ਸੰਧੂ, ਸਤਨਾਮ ਸਿੰਘ ਸੰਧੂ, ਇਕਬਾਲ ਸਿੰਘ ਸੰਧੂ, ਇਹ 5 ਹੀ ਭਰਾ ਆ। ਇਹ ਇਹੋ ਕਰਕੇ ਸੇਵਾਵਾਂ ਸਾਰੀਆਂ ਦਿੰਦੇ ਆ। ਇਹ ਤੋਂ ਇਲਾਵਾ ਅਜੂਬਾ ਸੀ 6 ਭਰਾ ਆ। ਇਹ ਤੋਂ ਇਲਾਵਾ ਅਜੂਬਾ ਸਿਟੀ ਵਾਲਿਆਂ ਨੇ ਵੀ ਅੱਜ ਕਿਹਾ ਵੀ ਤੁਸੀਂ ਇੱਥੇ ਵੀ ਅਸੀਂ ਯਤਨ ਕਰਾਂਗੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਖਰਚ ਨਾ ਹੋਵੇ, ਅਤੇ ਅਸੀਂ ਇਹ ਸਾਰਾ ਕਾਰਜ ਉਹ ਵੀ ਚੱਲਣ ਨੂੰ ਤਿਆਰ ਆ। ਪਹਿਲਾਂ ਤਾਂ ਮੈਂ ਇਹਨਾਂ ਸਾਰੀਆਂ ਸੰਗਤਾਂ ਨੂੰ, ਅਮੈਰੀਕਾ ਦੀਆਂ ਨੂੰ, ਬਹੁਤ ਬਹੁਤ ਕੈਨੇਡਾ ਵਾਲੀਆਂ ਨੂੰ ਵੀ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਇੱਕ ਲਿੰਕ ਮਿਸ ਸੀ ਉਹ ਲਿੰਕ ਨੂੰ ਅੱਜ ਬਰਕਰਾਰ ਕੀਤਾ। ਅਤੇ ਮੈਂ ਇਹਨਾਂ ਦਾ ਧੰਨਵਾਦ ਵੀ ਦਿਲੋਂ ਕਰਦਾ ਕਿ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਵੱਡੀਆਂ ਸੇਵਾਵਾਂ, ਇਹ ਸੇਵਾਵਾਂ ਕਰੋੜਾਂ ਦੀਆਂ ਆ, ਛੋਟੀਆਂ ਸੇਵਾਵਾਂ ਨੇਗੀਆਂ ਇਹ। ਸੋ ਇਸ ਕਰਕੇ ਇਹਨਾਂ ਦਾ ਧੰਨਵਾਦ ਵੀ ਕਰਦਾ। ਅੱਛਾ, ਦੂਜੀ ਜਿਹੜੀ ਸੀ ਕਿ ਉਹ ਤੋਂ ਇਲਾਵਾ ਇੱਕ ਬੜੇ ਲੰਬੇ ਅਰਸੇ ਦਾ ਸਾਡੇ ਚੱਲਿਆ ਆਉਂਦਾ ਸੀ ਵੀ ਜਿਹੜੀ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਆ, ਕਿਉਂਕਿ ਸਤਿਗੁਰਾਂ ਦਾ ਅਨੰਦ ਸਿੱਖ ਅਤੇ ਸੇਵਾਦਾਰ ਸੀ, ਉਹ ਅਧੂਰੀ ਨਹੀਂ ਸੀ ਪਈ। ਉਹ ਜਿਵੇਂ ਦੀ ਜਿਵੇਂ ਰੋਜ਼ ਹੌਲੀ ਦੀ ਹੌਲੀ ਖਾਲਸਾ ਹਾਲ 'ਚ ਹੁੰਦੀ ਚੱਲ ਗਈ। ਇਸੇ ਫਾਊਂਡੇਸ਼ਨ ਨੇ, ਟਰੱਸਟ ਨੇ ਉਹਦੀ ਵੀ ਜਿਹੜੀ ਆ ਕਾਰ ਸੇਵਾ ਸ਼ੁਰੂ ਕੀਤੀ ਆ, ਔਰ ਉਹਦੇ ਵਿੱਚ ਅਲਝਣਾਂ ਵੀ ਬੜੀਆਂ ਆਈਆਂ ਅਤੇ ਹਾਲੇ ਵੀ ਹੈਗੀਆਂ ਕਿ ਹਾਈਕੋਰਟ ਦੇ ਵਿੱਚ ਲਿਟੀਗੇਸ਼ਨ ਹੋ ਗਈ। ਇੱਕੋ ਵਿਰਾਸਤੀ ਵਿਭਾਗ ਦੀ ਦੇਖ ਰੇਖ ਹੁੰਦੀ ਆ, ਦੇਖ ਰੇਖ ਹੇਠ, ਅਤੇ ਗੁਰੂ ਸਾਹਿਬ ਕਿਰਪਾ ਕਰਨ ਮੇਰਾ ਖਿਆਲ ਇਹ ਵੀ ਕੰਮ ਜਿਹੜਾ ਆ ਛੇਤੀ ਨੇਪੜੇ ਚੜ੍ਹ ਜਾਊਗਾ, ਕਿਉਂਕਿ ਖਾਲਸਾ ਪੰਥ ਦੀ ਬੜੇ ਵੱਡੇ ਦੀ ਲੰਮੇ ਸਮੇਂ ਦੀ ਮੰਗ ਸੀ ਅਤੇ ਉਹ 2 ਕਿਲੋਮੀਟਰ ਉਰਲੇ ਪਾਸੇ ਫਾਟਕ ਟੱਪ ਕੇ ਜਾਣਾ ਪੈਂਦਾ। ਉਹ ਵੀ ਸੰਗਤਾਂ ਲਈ ਇੱਕ ਪ੍ਰੇਰਨਾ ਸਰੋਤ ਹੋਊਗਾ ਬਹੁਤ ਵੱਡਾ। ਅਤੇ ਉਹ ਤੋਂ ਇਲਾਵਾ ਕਿਉਂਕਿ ਨਾਭਾ ਦਿਵਸ ਆ ਰਿਹਾ, ਜਿਹਦੀ 100 ਸਾਲ ਦਾ ਸ਼ਤਾਬਦੀ, ਮਹਾਰਾਜਾ ਰਿਪੂ ਦਮਨ ਸਿੰਘ ਉਹ ਮਨਾਉਣੀ ਹੈਗੀ 9 ਸਪਟੰਬਰ ਨੂੰ ਨਾਭਾ ਵਿਖੇ। ਉਹਦੇ ਤਹਿਤ ਸਾਡੀ ਇੱਕ ਪੁਸਤਕ ਪੁਰਾਣੀ ਇੱਥੇ ਸੀ, ਟੁੱਥ ਅਬਾਊਟ ਨਾਭਾ, ਉਹ ਅਸੀਂ ਪੰਜਾਬੀ 'ਚ ਉਹਦਾ ਅਨੁਵਾਦ ਜਿਹੜਾ ਉਹ ਛਾਪਾਂਗੇ ਅਤੇ ਯਤਨ ਕਰਾਂਗੇ ਵੀ ਛੇਤੀ ਛਾਪ ਜਾਵੇ। ਉਹ ਟਰੁੱਥ ਅਬਾਊਟ ਨਾਭਾ ਕੀ ਆ ਕਿ ਨਾਭੇ ਦੀ ਰਿਆਸਤ ਜਿਹੜੀ ਆ ਉਹ ਮਹਾਰਾਜਿਆਂ ਦੀ ਰਿਆਸਤ ਸੀ। ਮਹਾਰਾਜਾ ਰਿਪੂ ਦਮਨ ਸਿੰਘ ਜਿਸ ਵੇਲੇ ਉਹਨੇ ਉੱਥੇ ਉਹ ਇੱਕ ਓਥ ਲੈਣੀ ਹੁੰਦੀ ਆ ਜਾਂ ਕਹਿ ਲਓ ਕੁਰਸੀ 'ਤੇ ਸੁਸ਼ੋਭਿਤ ਹੋਣਾ ਸੀ, ਅਤੇ ਉਹਨਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੂੰ ਸੱਦਿਆ। ਗੋਰਿਆਂ ਨੂੰ ਇਹ ਗੱਲ ਪਸੰਦ ਨਾ ਆਈ, ਉਹਦਾ ਫਿਰ ਉਹਨਾਂ ਨੂੰ ਲੰਬਾ ਅਰਸਾ ਜ਼ਿਲ੍ਹਾ ਜਲਾਵਤਨ ਜੇ ਕਹਿ ਲਈਏ ਆਪਾਂ ਇੱਥੋਂ ਪੰਜਾਬੋਂ ਬਾਹਰ ਭੇਜ ਦਿੱਤਾ। ਉਹ ਜੱਦੋ ਜਹਿਦ ਦੇ ਵਿੱਚ 1943 ਦੇ ਵਿੱਚ ਸਰੀਰਕ ਤੌਰ 'ਤੇ ਸਾਤੋਂ ਵਿਛੋੜਾ ਚਲਾ ਗਏ, ਅਤੇ ਉਹਨਾਂ ਦੀ ਹੁਣ ਮਹਾਰਾਣੀ ਪ੍ਰੀਤੀ ਸਿੰਘ ਇੱਕ, ਉਹ ਵੀ ਇਹ ਟਰੱਸਟ ਵਾਲਿਆਂ ਨੇ ਯੋਗਦਾਨ ਉਹਦੇ ਵਿੱਚ ਵੀ ਪਾਇਆ। ਸੋ ਉਹਦੀ ਅਸੀਂ ਸ਼ਤਾਬਦੀ ਜਿਹੜੀ ਆ 9 ਤਰੀਕ ਨੂੰ ਉੱਥੇ ਮਨਾਉਣ ਦਾ ਪਹਿਲਾਂ ਵੀ ਐਲਾਨ ਕਰ ਚੁੱਕੇ ਹਾਂ, ਪਰ ਕਿਤਾਬ ਜਿਹੜੀ ਆ ਉਹ ਤੁਰੰਤ ਜਿਹੜੀ ਛਾਪੀ ਜਾਊਗੀ। ਅੱਜ ਇੱਕ ਆਹ ਸਾਡੇ ਪੁਰਾਣੀ ਸੀ ਲੰਬੇ ਅਰਸੇ ਦੀ ਮੰਗ, ਸੱਚੀ ਸਾਖੀ ਸਰਦਾਰ ਕਪੂਰ ਸਿੰਘ, ਇਹਦਾ ਅਨੁਵਾਦ ਫਿਰ ਜਿਹੜਾ ਆ ਮੁੱਖ ਬੰਦ ਗੰਡਾ ਸਿੰਘ ਡਾਕਟਰ ਸਾਹਿਬ ਨੇ ਲਿਖਿਆ।
ਇਹ ਵੀ ਅੱਜ ਅਸੀਂ ਰਿਲੀਜ਼ ਕੀਤੀ ਆ। ਜਿਹੜਾ ਪਹਿਲਾ ਐਡੀਸ਼ਨ ਸੀ ਸਭ ਤੋਂ ਉਹ ਅੱਜ ਜਿਹੜਾ ਇਹ ਰਿਲੀਜ਼ ਕੀਤਾ ਗਿਆ। ਉਹ ਤੋਂ ਇਲਾਵਾ ਇੱਕ ਬੱਚਾ ਸੀ ਗੁਰਦਾਸਪੁਰ ਦਾ ਅਮਰਵੀਰ ਸਿੰਘ, ਜਿਹਨੇ ਉਂਗਲਾਂ ਦੇ ਭਾਰ 9 ਕਿਲੋ ਜਿਹੜਾ ਵੇਟ ਉਹ ਉਂਗਲਾਂ ਨਾਲ ਚੱਕਿਆ। ਉਹ ਤੋਂ ਇਲਾਵਾ 1 ਮਿੰਟ 'ਚ 86 ਡੰਡ ਮਾਰੇ ਅਤੇ ਬਲਡ ਦਾ ਜਿਹੜਾ ਰਿਕਾਰਡ ਸੀ ਉਹ ਉਹਨੇ ਤੋੜਿਆ ਅਤੇ ਬਤੌਰ ਸਿੱਖ ਉਹਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕਰਨ ਦਾ ਜਿਹੜਾ ਅੱਜ ਉਹ ਵੀ ਫੈਸਲਾ ਹੋਇਆ। ਦੂਜਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਸਾਰੇ ਜਿੰਨੇ ਸਾਡੇ ਕਰਮਚਾਰੀ ਆ ਇਹਨਾਂ ਨੂੰ 4% ਮਹਿੰਗਾਈ ਭੱਤਾ ਦੇਣ ਦਾ ਵੀ ਅੱਜ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਜਿਹੜਾ ਵੀ ਕਾਰਜ ਸਿੱਖ ਪਰੰਪਰਾਵਾਂ ਦੇ ਅਨੁਕੂਲ ਕੋਈ ਵੀ ਸੰਸਥਾ ਕਰਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਲਈ ਯਤਨਸ਼ੀਲ ਰਹਿੰਦੀ ਆ। ਪਰ ਅੱਜ ਬੜੇ ਪਾਸਿਓਂ ਯਤਨ ਹੋ ਰਹੇ ਆ ਕਿ ਸਿੱਖ ਸੰਸਥਾਵਾਂ ਨੂੰ ਅਤੇ ਜਿਹੜੀਆਂ ਸਾਡੇ ਮਰਿਆਦਾ ਵੀ ਸਾਡੀਆਂ ਸੰਸਥਾਵਾਂ ਆ ਉਹਨਾਂ ਨੂੰ ਵੱਖ ਵੱਖ ਢੰਗ ਨਾਲ ਖੋਰਾ ਲਾਉਣ ਦਾ ਯਤਨ ਕੀਤਾ ਜਾ ਰਿਹਾ। ਪਰ ਗੁਰੂ ਸਾਹਿਬ ਦੀ ਕਿਰਪਾ ਅਤੇ ਬਖਸ਼ਿਸ਼ ਆ, ਇਹ ਬੜੇ ਲੰਬੇ ਅਰਸੇ ਤੋਂ ਇੱਦਾਂ ਹੀ ਰਿਹਾ ਗੁਰੂ ਕਾਲ ਤੋਂ ਹੀ, ਪਰ ਉਹਨਾਂ ਦੇ ਜਿਹੜੇ ਦੁੱਖੀ ਰਹੇ ਉਹਨਾਂ ਦਾ ਅੱਜ ਕਿਤੇ ਨਾਂ ਕਿਧਰੇ ਬਣੀ। ਅਤੇ ਗੁਰੂ ਕੇ ਸਿੱਖ ਜਿਹੜੇ ਆ ਜਿਨ੍ਹਾਂ ਨੇ ਆਪਣੇ ਕਾਰਜਾਂ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ 100 ਸਾਲ ਬਾਅਦ ਵੀ ਚੇਤਾ ਕੀਤਾ ਜਾ ਰਿਹਾ। ਇੱਕ ਸਾਡੇ ਤਜਿੰਦਰਪਾਲ ਸਿੰਘ ਟਿੰਮਾ ਜਿਹੜਾ ਸਾਡੇ ਰਾਜਸਥਾਨ ਦੇ ਵਿੱਚ ਵਲੰਟੀਅਰ ਤੌਰ ਦੇ ਉੱਤੇ ਧਰਮ ਪ੍ਰਚਾਰ ਦੀਆਂ ਸੇਵਾਵਾਂ ਦਿੰਦਾ, ਸਾਨੂੰ ਉੱਥੇ ਗਾਹੇ ਵਗਾਹੇ ਪਿੱਛੇ ਸਿੰਧੀ ਸਿੱਖਾਂ ਦਾ ਵੱਡਾ ਸੰਮੇਲਨ ਵੀ ਕਰਾਇਆ ਅਤੇ ਸਾਡਾ ਉੱਥੇ ਰਾਜਸਥਾਨ ਸਿੱਖ ਮਿਸ਼ਨ ਬੁੱਢਾ ਜੋੜਿਆ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡਾ ਆਪਣਾ ਉਹ ਹੈਗਾ ਮਿਸ਼ਨ ਇੱਥੇ, ਅਤੇ ਉਹਦਾ ਇਹਨੂੰ ਇੰਚਾਰਜ ਥਾਪਿਆ ਗਿਆ ਤਾਂ ਕਿ ਸਮੁੱਚੇ ਰਾਜਸਥਾਨ ਦੇ ਵਿੱਚ ਇਹ ਜਿਹੜੀਆਂ ਸਿੱਖੀ ਦੀ ਚਾਹੇ ਉਹ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਆ, ਚਾਹੇ ਉੱਥੇ ਕੀਰਤਨ ਦਰਬਾਰ ਆ, ਚਾਹੇ ਦੂਸਰੇ ਆ, ਉਹ ਸਾਰਿਆਂ ਦਾ ਇਹ ਜਿਹੜੇ ਆ ਰਲ ਕੇ ਸਾਰਾ ਯਤਨ ਕਰਨਗੇ। ਇਹ ਪੁਰਾਣਾ ਸਾਡਾ ਸਾਥੀ ਹੈਗਾ ਫੈਡਰੇਸ਼ਨ ਦਾ, ਆ ਸਾਡੇ ਪਿੱਛੇ ਖੜ੍ਹੇ ਆ ਸਰਦਾਰ ਤਜਿੰਦਰਪਾਲ ਸਿੰਘ ਸੰਧੂ ਅਤੇ ਟਿੰਮਾ, ਕਿਉਂਕਿ ਮੈਂ ਤਾਂ ਉੱਦਾਂ ਸਾਰਿਆਂ ਨੂੰ ਕਹਿੰਦਾ ਹੁੰਦਾ ਵੀ ਟਿੰਮਾ ਅਤੇ ਬਿੱਟੂ ਅਤੇ ਸਾਰੇ ਲਾਈਏ, ਕਿਉਂਕਿ ਸਿੱਖਾਂ ਦੀ ਇਹ ਪਰੰਪਰਾ ਨਹੀਂ। ਪਰ ਕਈ ਵਾਰੀ ਪਿਆਰ ਨਾਲ ਕਹਿ ਹੋ ਜਾਂਦਾ ਛੋਟਾ ਭਰਾ ਆਇਆ ਮੇਰਾ, ਅਤੇ ਪਰ ਉੱਦਾਂ ਕਿਉਂਕਿ ਰਹੀ ਨਹੀਂ, ਮੈਂ ਤਾਂ ਆਪਣੇ ਕਈ ਵਾਰੀ ਕਹਿੰਦਾ ਹੁੰਦਾ ਵੀ ਆਪਾਂ ਨਾਂ ਪੂਰਾ ਲੈਣਾ ਚਾਹੀਦਾ। ਸੋ ਇੰਨੇ ਕੱਜ ਦੇ ਸਾਡੇ ਜਿਹੜੇ ਇਹ ਸਾਰੇ ਵਿਲੱਖਣ ਕਾਰਜ ਸੀਗੇ ਜਿਹੜੇ ਗੁਰੂ ਸਾਹਿਬ ਨੇ ਕਿਰਪਾ ਅਤੇ ਬਖਸ਼ਿਸ਼ ਕਰਕੇ ਆਪ ਕਰਵਾ ਲਏ ਆ। ਸੋ ਸਾਰਾ ਤੁਹਾਡਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਵੀ ਆਪਣਾ ਹਰ ਵਕਤ ਜਿਹੜਾ ਯੋਗਦਾਨ ਪਾਉਂਦੇ ਆ। ਸੋ ਕੁਛ 2 ਮਿੰਟ ਆਪਣੇ ਵਿਚਾਰ ਤੁਹਾਡੇ ਨਾਲ ਇਹ ਸਾਡੇ ਸਿੱਖ ਦੀਵਾਨ ਟੋਡਰਮੱਲ ਵਿਰਾਸਤੀ ਫਾਊਂਡੇਸ਼ਨ ਦੇ ਸਾਡੇ ਮੈਂ ਕਹਿ ਲਾਂ ਉਹਨਾਂ ਦੇ ਨਾਲ ਜਿਹਨੂੰ ਆਪਾਂ ਕਹਿ ਲਈਦਾ ਵਿਚੋਲੇ ਜਾਂ ਮੀਡੀਏਟਰ ਆ, ਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਆ ਤੁਹਾਡੇ ਨਾਲ। ਹਾਂਜੀ, ਉੱਥੇ ਪ੍ਰਿੰਟਿੰਗ ਪ੍ਰੈਸ ਲਾਉਣ ਵਾਸਤੇ ਉਹ ਜਿਹੜੀ ਰਿਪੋਰਟ ਹੈ ਅਜੇ ਤੱਕ ਤੁਹਾਡੀਆਂ ਫਾਈਲਾਂ 'ਚ ਦੱਬੀ ਪਈ ਹੈ, ਕੀ ਉਸ ਰਿਪੋਰਟ ਨੂੰ ਵਾਚਿਆ ਜਾਵੇਗਾ ਭਵਿੱਖ 'ਚ? ਦੇਖੋ, ਬੇਨਤੀ ਇਹ ਆ ਜਿਹੜਾ ਪਹਿਲਾਂ ਕੀ ਹੋਇਆ ਉਹ ਤੁਹਾਨੂੰ ਸਾਰਿਆਂ ਦੇ ਸਾਹਮਣੇ ਹੀ ਆ। ਉਹ ਤੋਂ ਬਾਅਦ ਫਿਰ ਜਿਹੜਾ ਉੱਥੇ ਮਾਲਕ ਸਾਹਿਬ ਨੇ ਯਤਨ ਕੀਤਾ ਉਹਨਾਂ ਨੇ ਵੀ ਸਰੂਪ ਸਾਹਮਣੇ ਕੀਤੇ। ਇਹਨਾਂ ਸਾਰੀਆਂ ਗੱਲਾਂ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਰਦੇਸ਼ ਆਇਆ ਸੀ ਵੀ ਇਹਨਾਂ ਦਾ ਤੁਰੰਤ ਜਿਹੜਾ ਆ ਇਹ ਛਾਪਣ ਦੇ ਵਿਦੇਸ਼ਾਂ ਦੇ ਵਿੱਚ ਇਹਨਾਂ 'ਤੇ ਬੈਨ ਲਾ ਦਿਓ। ਨਹੀਂ, ਉਹ ਯੂਬਾ ਸਿਟੀ ਦਾ ਇੱਦਾਂ ਆ, ਇਹ ਠੀਕ ਆ, 15-16 ਸਾਲ ਦਾ। ਪਰ ਹੁਣ ਅਸੀਂ ਉਹਦੇ 'ਚ ਕਿਉਂ ਕੀ ਕਾਰਜ ਹੋਇਆ ਵੀ ਜਿਹੜੇ ਬੈਂਕਾਂ ਦੇ ਵਿੱਚ ਪੈਸੇ ਆ ਉਹ ਬਾਈ ਡੈਜੀਗਨੇਸ਼ਨ ਨਹੀਂ ਹੋਈ, ਉੱਥੇ ਕੋਈ ਅਵਹੇਲਣਾ ਹੋ ਗਈ, ਉਹ ਬਾਈ ਨੇਮ ਹੋ ਗਿਆ ਪਰਸਨਲ ਜਿਹਨੂੰ ਕਹਿੰਦੇ ਆ। ਉਹ ਹੁਣ ਅਸੀਂ 3 ਮੈਂਬਰ ਸੀ ਉਹਦੇ ਵਿੱਚ, ਰਘੂਜੀਤ ਵਿਰਕ ਸੀ, ਹਰਜਿੰਦਰ ਸਿੰਘ ਮਹਿਤਾ ਅਤੇ ਸਰਦਾਰ ਸੁਖਦੇਵ ਸਿੰਘ ਭੌਰ। ਉਹ ਐਤਕੀ ਅਸੀਂ 2 ਮੈਂਬਰ ਕੋਈ ਲਿਜਾ ਕੇ, 3ਆ ਮੈਂਬਰ ਸਾਡਾ ਆਪਣੇ ਉੱਥੇ ਦਰਦਾਰ ਸਿੰਘ ਜੀ ਬੈਂਸ ਦਾ ਬੇਟਾ ਆ, ਉਹ ਅਸੀਂ ਜਾ ਕੇ ਉਹਦੀ ਐਤਕੀ ਸਾਰਾ ਹੀ ਉਹਨੂੰ ਆਪਣੇ ਪੁਰਾਣੀ ਜਿਹੜੀ ਹੋ ਗਈ ਉਹਨੂੰ
ਮੁੜ ਕੇ ਨਵੇਂ ਸਿਰੋਂ ਤਾਜ਼ੀ ਕਰਕੇ ਉਹ ਸਾਰਾ ਕਾਰਜ ਸ਼ੁਰੂ ਕਰਾਂਗੇ। ਉਹ ਆਪਣੇ ਅੱਜ ਸਬ ਕਮੇਟੀ ਨੇ ਰਿਪੋਰਟ ਦਿੱਤੀ ਆ, ਉਹ ਫਿਰ ਮੈਂ ਤੁਹਾਨੂੰ ਉਹਦਾ ਤੁਹਾਨੂੰ ਮਿਲ ਜੂਗਾ, ਕਿਉਂਕਿ ਪ੍ਰਧਾਨ ਕੋਲ ਜਾਣੀ ਹੁੰਦੀ ਆ ਅਤੇ ਉਹ ਤੋਂ ਪ੍ਰਧਾਨ ਤੋਂ ਬਾਅਦ ਫਿਰ ਤੁਹਾਨੂੰ ਪਤਾ ਲੱਗੇ ਜਾਣਾ ਕੀ ਉਹਦਾ ਫੈਸਲਾ ਹੋਇਆ। ਮੇਰੇ ਜਾਣਕਾਰੀ 'ਚ ਵੀ ਹੈ ਨਹੀਂ ਇਹ ਭਾਰਤ ਦਾ ਕਿਹੜਾ ਆ, ਮੇਰੇ 'ਚ ਅਦਰਵਾਈਜ਼ ਮੈਂ ਇੱਕ ਵੈਸੇ ਕਰਾਂ। ਦੇਖੋ ਇਹ ਕਿਤੇ ਹਿੰਦੁਸਤਾਨ ਜੇ ਆਪਾਂ ਪੁਰਾਤਨ ਤੌਰ 'ਤੇ ਵੀ ਲਾਈਏ, ਇਹਦਾ ਜਿਹੜੇ ਗਣਤੰਤਰ ਜਿਹਨੂੰ ਕਹਿੰਦੇ ਆਪਾਂ ਡੈਮੋਕ੍ਰੇਸੀ ਦਾ ਸ਼ੁਰੂ ਹੋਇਆ, ਉਹ ਯੂਨੀਅਨ ਆਫ ਇੰਡੀਆ। ਯੂਨੀਅਨ ਆਫ ਇੰਡੀਆ ਆ ਕਿ ਇਹਦੇ ਵਿੱਚ ਵੱਖ ਵੱਖ ਸਟੇਟ ਆ, ਵੱਖ ਵੱਖ ਸਟੇਟਾਂ ਦੀਆਂ ਵੱਖ ਵੱਖ ਬੋਲੀਆਂ ਆ, ਵੱਖ ਵੱਖ ਕਲਚਰ ਆ, ਵੱਖ ਵੱਖ ਤਿਉਹਾਰ ਆ। ਉਹ ਇਸ ਕਰਕੇ ਇਹਨੂੰ ਯੂਨੀਅਨ ਆਫ ਇੰਡੀਆ ਦਾ ਨਾਂ ਦਿੱਤਾ ਗਿਆ ਸੀ। ਇਹ ਸਟੇਟਾਂ ਦੀ ਜਿਹੜੀ ਸਾਰਿਆਂ ਦੀ ਉਹ ਯੂਨੀਅਨ ਆ। ਕੋਈ ਇਹਨੂੰ ਫਿਰ ਸਮੇਂ ਦੀਆਂ ਪ੍ਰਸਥਿਤੀਆਂ, ਹੁਣ ਕਈ ਵਾਰੀ ਆਪਾਂ ਉਹਨੂੰ ਬੰਬਈ ਨੂੰ ਮੁੰਬਈ ਕਹੀ ਜਾਂਦੇ ਹਾਂ, ਕੋਈ ਮੁੰਬਈ ਕਹੀ ਜਾਂਦਾ, ਕੋਈ ਬੰਬਈ ਕਹੀ ਜਾਂਦਾ, ਇਹਦੇ ਪਿੱਛੇ ਕੀ ਲਕਸ਼ ਆ ਇਹ ਤਾਂ ਮੈਂ ਨਹੀਂ ਜਾਣਦਾ। ਪਰ ਅਦਰਵਾਈਜ਼ ਇਹ ਆ ਵੀ ਇਹ ਯੂਨੀਅਨ ਆਫ ਇੰਡੀਆ ਜਿਹੜਾ ਆ ਇਹ ਪ੍ਰੋਪਰ ਇਹਦਾ ਹੈਗਾ, ਜਿਹੜਾ ਐਜ਼ ਪਰ ਕੌਂਸਟੀਟਿਊਸ਼ਨ ਦਾ ਜਿਹੜਾ ਨਾਂ ਦਿੱਤਾ ਗਿਆ। ਦੇਖੋ ਬੇਨਤੀ ਇਹ ਆ, ਇਸ ਮੁਲਕ ਦੇ ਵਿੱਚ ਬਹੁਤ ਵੱਖ ਵੱਖ ਜਿਹੜੇ ਜਾਤਾਂ ਅਤੇ ਫਿਰਕੇ ਆ, ਆ ਈਸਟਰਨ ਸਟੇਟਾਂ ਵਾਲੇ ਪਾਸੇ ਵੀ ਤੁਸੀਂ ਚਲੇ ਜਾਂਦੇ ਆ, ਪਰ ਮੈਂ ਸਮਝਦਾ ਇਹ ਬਿਲਕੁਲ ਨਹੀਂ ਹੋਣਾ ਅਤੇ ਨਾ ਇਹ ਗੱਲ ਜਿਹੜੀ ਛੇੜਨੀ ਚਾਹੀਦੀ ਆ। ਕਿਉਂਕਿ ਸਿੱਖ ਖਾਸ ਕਰਕੇ ਹਮ ਹਿੰਦੂ ਨਹੀਂ, ਇਹ ਇੱਕ ਵਾਰੀ ਨਹੀਂ, ਇਹ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਸਾਨੂੰ ਸਤਿਗੁਰੂ ਜੀ ਨੇ, ਇਹ ਜਿਹੜਾ ਸਿੱਖ ਧਰਮ ਆ ਉਹ ਸਿੱਖ ਧਰਮ ਵਿਲੱਖਣਾ ਨਿਰਾਲਾ ਆਜ਼ਾਦ ਆ, ਅਤੇ ਜਿਹੜੇ ਦੂਸਰੇ ਆ ਚਾਹੇ ਉਹ ਮੁਸਲਮਾਨ ਆ ਦੂਜੇ, ਮੇਰਾ ਖਿਆਲ ਉਹਨਾਂ ਦੇ ਤਾਂ ਕਮੈਂਟੇ 'ਤੇ ਆਏ ਕੋਈ ਨਹੀਂ ਗਏ, ਪਰ ਮੈਨੂੰ ਇਹ ਲੱਗਦਾ ਵੀ ਇਹ ਇੱਦਾਂ ਕਹਿ ਕੇ ਕੰਮ ਚੱਲਣਾ ਨਹੀਂ, ਅਤੇ ਜੇ ਇੱਦਾਂ ਕਰਨਗੇ ਮੈਂ ਸਮਝਦਾ ਇਹ ਵੀ ਇੱਕ ਮੁਲਕ ਲਈ ਜਿਹੜੀ ਉਹ ਗੱਲ ਚੰਗੀ ਨਹੀਂ ਹੋ ਗਈ। ਹਾਂਜੀ, ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਕਮਿਸ਼ਨ ਬਣ ਚੁੱਕਾ ਆ, ਇਲੈਕਸ਼ਨ ਕਮਿਸ਼ਨ ਬਣ ਚੁੱਕਾ ਆ, ਉਹ ਕਿਉਂਕਿ ਪ੍ਰੋਸੈਸ ਉਹਨੇ ਸ਼ੁਰੂ ਕਰਨਾ ਆ। ਹਰਿਆਣੇ ਦਾ ਤਾਂ ਕਿਉਂਕਿ ਅਡਹੋਕ ਕਮੇਟੀ 18 ਮਹੀਨੇ ਰੱਖੀ ਸੀ, ਉਹ ਤੋਂ ਬਾਅਦ ਜੋ ਉੱਥੇ ਤੁਹਾਨੂੰ ਆਇਆ ਜਾ ਕਿਹਾ ਵੀ ਜੋ ਜੋ ਉੱਥੇ ਸਿਸਟਮ ਹੋਇਆ, ਸਰਕਾਰਾਂ ਦੇ ਕਈ ਵਾਰੀ ਉਹ ਕਹਿੰਦੇ ਨੇ ਝੁੱਕੀ ਦੇਣੀ ਹੁੰਦੀ ਆ, ਉਹ ਦੇਖਿਆ ਵੀ ਕਿਉਂਕਿ ਰੌਲਾ ਰੱਪਾ ਬਹੁਤ ਪੈ ਗਿਆ ਅਤੇ ਅਡਹੋਕ ਕਮੇਟੀ ਚੁਣੀ ਵੀ ਸਰਕਾਰ ਨੇ ਸੀ, ਉਹ ਇੱਕ ਧਿਆਨ ਡਿਵਰਟ ਕਰਨ ਨੂੰ ਨਵਾਂ ਪ੍ਰੋਸੈਸ ਸ਼ੁਰੂ ਕਰਤਾ ਵੀ ਜੀ ਉੱਥੇ ਵੋਟਾਂ ਬਣਾਈਆਂ ਜਾਣ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਤਾਂ ਕਹਿੰਦੇ ਹਾਂ, ਔਰ ਉਹ ਇਲੈਕਸ਼ਨ ਕਮਿਸ਼ਨ ਵੀ ਸਟੇਟ ਨੇ ਆਪਣੇ ਸੈਂਟਰ ਨੇ ਬਣਾਇਆ, ਸੋ ਜਦੋਂ ਉਹਨਾਂ ਨੂੰ ਆਪਣਾ ਲੱਗੂਗਾ ਕਰਨਗੇ ਤਾਂ ਉਹਦੀ ਵੀ ਇਲੈਕਸ਼ਨ ਹੋ ਜਾਵੇਗੀ।